ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਅਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੇ ਮੈਡੀਕਲ ਪੈਰਾ ਮੈਡੀਕਲ ਤੇ ਟੀਚਰ ਸਟਾਫ ਦੇ ਲਈ ਜ਼ਰੂਰੀ ਖਬਰ ਜਾਰੀ ਹੋਏ ਇਹ ਹੁਕਮ ਸੂਬੇ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸੂਬੇ ਦੇ ਅਧੀਨ ਤਾਇਨਾਤ ਮੈਡੀਕਲ ਪੈਰਾਮੈਡੀਕਲ ਅਤੇ ਅਧਿਆਪਕ ਸਟਾਫ ਨੂੰ ਆਪਣੇ ਨਿੱਜੀ ਵਾਹਨਾਂ ਦੇ ਵਿੱਚ ਫਸਟ ਏਡ ਕਿੱਟ ਰੱਖਣ ਨੂੰ ਜ਼ਰੂਰੀ ਕਰਾਰ ਦਿੱਤਾ ਹੈ ਤਾਂ ਕਿ ਰਸਤੇ ਦੇ ਵਿੱਚ ਜੇਕਰ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜਨਾ ਅਤੇ ਸਿਵਲ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਇਸ ਤੇ ਅਮਲ ਕਰਨ ਦੇ ਲਈ ਕਿਹਾ ਹੈ ਘਟੋ ਘਾਟ ਸਮਰਥਨ ਮੁੱਲ ਤੇ ਹਾਲੇ ਕੋਈ ਫੈਸਲਾ ਨਹੀਂ ਖੇਤੀ ਮੰਤਰੀ ਜੀ ਹਾਂ ਦੋਸਤੋ ਕੇਂਦਰ ਸਰਕਾਰ ਨੇ ਕਿਸਾਨ ਦੀ ਆਮਦਨ ਵਧਾਉਣ ਦੇ ਲਈ ਕਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ ਤੇ ਬੱਕ ਬੱਕ ਰਾਜਤਾਂ ਦੀ ਸ਼ੁਰੂਆਤ ਕੀਤੀ ਹੈ ਹਾਲਾਂਕਿ ਘਟੋ ਘਾਟ ਸਮਰਥਨ ਮੁੱਲ ਜਾਨੀ ਕਿ ਐਮਐਸਪੀ ਪ੍ਰਣਾਲੀ ਨੂੰ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਦੇ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਇਹ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੂੜਾ ਦੇ ਸਵਾਲ ਦੇ ਜਵਾਬ ਵਿੱਚ ਕੀਤਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੀ ਵਾਲੇ ਬਟਨ ਨੂੰ ਦਬਕ ਕੇ ਔਲਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਗਲੀ ਖਬਰ ਮਹਾਲੀ। ਪੁਲਿਸ ਨੇ ਜਲਾਲਾਬਾਦ ਦੇ ਵਿੱਚ ਕਬਾੜੀਏ ਤੇ ਮਾਰੀ ਰੇਡ। ਕਬਾੜ ਕੀਤਿਆਂ ਕਈ ਘਾਰਾਂ ਜ਼ਬਤ। ਤਾਂ ਦੋਸਤੋ ਮਹਾਲੀ ਪੁਲਿਸ ਦੇ ਵੱਲੋਂ ਜਲਾਲਾਬਾਦ ਦੇ ਥਾਣਾ ਸਦਰ ਦੇ ਨੇੜੇ ਸਤੇਜਾ ਕਬਾੜ ਸਟੋਰ ਤੇ ਰੇਡ ਕੀਤੀ ਗਿਆ ਤੇ ਹਦਰਾਣ ਪੁਲਿਸ ਦੇ ਵੱਲੋਂ ਕਬਾੜੀਆ ਤੇ ਉਹਦੇ ਸਾਥੀ ਨੂੰ ਹਿਰਾਸਤ ਵਿੱਚ ਲਿਆ ਗਿਆ। ਜਾਣਕਾਰ ਦੇ ਮੁਤਾਬਕ ਮਹਾਲੀ ਦੇ ਫੇਜ 8 ਅਤੇ ਫੇਜ 11 ਦੇ ਵਿੱਚ ਪੁਲਿਸ ਦੇ ਵੱਲੋਂ ਕਾਰ ਚੋਰ ਗਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰੀ ਕੀਤੀ ਹੈ ਤੇ ਹਦਰਾਣ ਉਹਨਾਂ ਲੋਕਾਂ ਨੇ ਦੱਸਿਆ ਹੈ ਕਿ ਉਹ ਖਾੜ ਮਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਤੋਂ ਚੋਰੀ ਕੀਤੀਆਂ ਹੋਈਆਂ ਕਾਰਾਂ ਜਿਲਾ ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਰਿੰਕੂ ਸਤੀਜਾ ਨਾਮ ਦੇ ਕਬਾੜੀ ਨੂੰ ਵੇਚ ਰਹੇ ਹਨ ਅਗਲੀ ਖਬਰ ਲੁਧਿਆਣਾ ਅਦਾਲਤ ਦੇ ਬਾਹਰ ਚੱਲੀ ਗੋਲੀ ਤਰੀਕ ਭਗਤ ਨਾਇ ਵਿਅਕਤੀ ਦੇ ਦੋਸਤਾਂ ਦੇ ਮੁੱਦੇ ਤੇ ਲੱਗੀ ਤਾਂ ਦੋਸਤੋ ਮੰਗਲਵਾਰ ਸਵੇਰੇ ਕੋਟ ਕੰਪਲੈਕਸ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤ ਦੇ ਬਾਹਰ ਗੋਲੀ ਚੱਲ ਗਈ ਇਸ ਘਟਨਾ ਦੇ ਦੌਰਾਨ ਹਿਮਾਂਚੂ ਨਾਂ ਦਾ ਨੌਜਵਾਨ ਪਟੜ ਹੋ ਗਿਆ ਤੇ ਸੂਚਨਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਜਾਣਕਾਰ ਦੇ ਮੁਤਾਬਕ ਹਿਮਾਂਚੂ ਆਪਣੇ ਦੋਸਤ ਗੁਰਚਰਨ ਸਿੰਘ ਦੇ ਨਾਲ ਅਪਰਾਧਿਕ ਮਾਮਲੇ ਦੇ ਵਿੱਚ ਤਰੀਕ ਭਗਤਨ ਦੇ ਲਈ ਆਇਆ ਸੀ ਇਸ ਦੌਰਾਨ ਦੂਸਰੀ ਧਿਰ ਨੇ ਗੋਲੀ ਚਲਾ ਦਿੱਤੀ ਅਤੇ ਇੱਕ ਗੋਲੀ ਹਿਮਾਂਚੂ ਦੇ ਲੱਗਿਆ ਤੇ ਉਹ ਗੰਭੀਰੂ ਬੇਚਬਟ ਫਟੜ ਹੋ ਗਿਆ ਐਸਾ ਦੌਰਾਨ ਇਲਾਜ ਦੇ ਲਈ ਨੌਇਬਾਨੂ ਹਸਪਤਾਲ ਲਿਜਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਗੁੱਡ ਨਿਊਜ਼ ਆ ਪੈਟਰੋਲਾ ਡੀਜ਼ਲ ਦੀਆਂ ਕੀਮਤਾ ਕਟੀਆਂ ਜਾਨੋ ਨਾਵੇਂ ਰੇਟ ਆ ਜੀ ਆ ਦੋਸਤੋ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਤੇਲ ਮਾਰਕੀਟਿੰਗ ਆ ਕੰਪਨੀਆਂ ਨੇ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਨਾਵੀਆਂ ਕੀਮਤਾ ਜਾਰੀ ਕਰ ਦਿੱਤੀਆਂ ਹਨ ਤੁਹਾਨੂੰ ਦੱਸਦੇ ਆ ਕਿ ਅੱਜ ਤੋਂ ਕਈ ਵੱਡੇ ਸ਼ਹਿਰਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਿੱਚ ਕਟੌਤੀ ਹੋਵੇਗੀ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਿੱਚ ਉਤਰਾ ਚੜ੍ਹਾ ਆਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਰ ਦੇ ਵਿੱਚ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਤੇਲ ਕੰਪਨੀਆਂ ਦੇ ਦੁਬਾਰਾ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਇਸ ਲੜੀ ਦੇ ਤਹਿਤ ਅੱਜ ਸਵੇਰੇ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ ਤਾਂ ਆਓ ਅੱਜ ਦੇ ਕੱਚੇ ਤੇਲ ਦੀਆਂ ਕੀਮਤਾਂ ਤੇ ਇੱਕ ਨਜ਼ਰ ਮਾਰੀਏ ਤੁਹਾਡੇ ਸ਼ਹਿਰ ਦੇ ਵਿੱਚ ਉਹਨਾਂ ਦੇ ਰੇਟ ਕੀ ਹਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਅੱਜ ਬ੍ਰੈਂਟ ਕਰੂਡ 81 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਗਲੋਬਲ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ 80 ਡਾਲਰ 90 ਸੈਂਟ ਦੀ ਦਰ ਤੇ ਬਰਕਰਾਰ ਹੈ ਅਤੇ ਇਸ ਦੇ ਨਾਲ ਹੀ WTI ਕੱਚਾ ਤੇਲ 76.40 ਡਾਲਰ ਪ੍ਰਤੀ ਬੈਰਲ ਦੀ ਦਰ ਤੇ ਹੈ ਤੇ ਇਸ ਸਭ ਦੇ ਬਾਵਜੂਦ ਅੱਜ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲਿਆ ਹੈ ਜੋ ਇਸ ਤਰ੍ਹਾਂ ਹਨ। ਦਿੱਲੀ ਵਿੱਚ ਪੈਟਰੋਲ ਹੈ 96 ਰੁਪਏ 72 ਪੈਸੇ। ਡੀਜ਼ਲ ਹੈ 99 ਰੁਪਏ 62 ਪੈਸੇ ਪ੍ਰਤੀ ਲੀਟਰ। ਮੁੰਬਈ ਦੇ ਵਿੱਚ ਪੈਟਰੋਲ 106 ਰੁਪਏ 31 ਪੈਸੇ। ਡੀਜ਼ਲ ਹੈ 94 ਰੁਪਏ 72 ਪੈਸੇ ਪ੍ਰਤੀ ਲੀਟਰ। ਕੋਲਕਾਤਾ ਦੇ ਵਿੱਚ ਪੈਟਰੋਲ 106 ਰੁਪਏ 3 ਪੈਸੇ ਅਤੇ ਡੀਜ਼ਲ ਹੈ 92 ਰੁਪਏ 25 ਪੈਸੇ ਪ੍ਰਤੀ ਲੀਟਰ ਹੈ। ਅੱਜ ਤੁਹਾਨੂੰ ਦੱਸਦੇ ਵੀ ਗੁਰੂਗ੍ਰਾਮ ਦੇ ਵਿੱਚ 29 ਪੈਸੇ ਸਸਤਾ ਹੋਇਆ ਹੈ 96 ਰੁਪਏ 99 ਪੈਸੇ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਵੀ 29 ਪੈਸੇ ਸਸਤਾ ਹੋ ਕੇ 99 ਰੁਪਏ 76 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ ਅਗਲੀ ਖਬਰ ਸਕੂਲ ਬਾਸ ਤੋਂ ਥੱਲੇ ਆਇਆ ਕੁੱਤਾ ਮਾਲਕ ਨੇ ਸਾਥੀਆਂ ਸਮੇਤ ਡਾਂਗਾ ਕਿਰਪਾਨਾ ਦਿਖਾ ਕੇ ਡਰਾਈਵਰ ਘੇਰਿਆ ਬੱਚਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਜੀ ਆਹ ਦੋਸਤੋ ਇੱਕ ਸਕੂਲ ਦੇ 마ਸੂਮਾ ਬੱਚਿਆਂ ਦੀ ਰੋਂਦਿਆ ਬਿਲਕੁਲ ਬਿਲਕੁਲ ਦੀ ਇੱਕਾ ਵੀਡੀਓ ਨੇ ਹਰ ਇੱਕ ਦਾ ਦਿਲ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਮਾਮਲਾ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਆਲਕਾ ਖੁਰਦ ਦਾ ਤੇ ਹੋਲੀ ਫੈਮਿਲੀ ਕਨਵੈਟਰ ਸਕੂਲ ਦੇ ਸ੍ਰੀ ਹਰਗੋਬਿੰਦ ਪਰਦੇਸ ਸਕੂਲ ਦੀ ਇੱਕ ਬੱਸ ਆਲਕਾ ਖੁਰਦ ਤੋਂ ਸਕੂਲੇ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿhst ਜਦੋਂ ਇਹ ਬੱਸ ਪਿੰਡ ਤੋਂ ਥੋੜਾ ਬਾਹਰ ਨਿਕਲਿਤਾ ਰਸਤੇ ਦੇ ਵਿੱਚ ਦੋ ਕੁੱਤੇ ਲੜਦੇ ਹੋਏ ਅਚਾਨਕ ਬੱਸ ਦੇ ਅੱਗੇ ਆ ਗਏ ਤਾਂ ਇੱਕ ਕੁੱਤਾ ਬੱਸ ਦੇ ਹੇਠਾਂ ਆਉਣ ਕਾਰਨ ਮਰ ਗਿਆ। ਇੰਨੇ ਚਿਰ ਨੂੰ ਕੁੱਤੇ ਦਾ ਮਾਲਕ ਵੀ ਆ ਗਿਆ ਤੇ ਉਹਨਾਂ ਨੇ ਆਉਂਦਿਆਂ ਹੀ ਬੱਸ ਦੇ ਸਕੂਲਾ ਬੱਸ ਨੂੰ ਰੋਕੇ ਡਾਂਗਾ ਤਲਵਾਰਾਂ ਦੇ ਨਾਲ ਡਰਾਈਵਰ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਵੀਡੀਓ ਵਾਇਰਲ ਵਿੱਚ ਇੱਕ ਬੈਗ ਤੇਰੇ ਹੱਥ ਵਿੱਚ ਦਾਤਰ ਵੀ ਦਿਖਾਈ ਦੇ ਰਿਹਾ ਤੇ ਇਹ ਸਭ ਦੇਖ ਕੇ ਬੱਸ ਦੇ ਵਿੱਚ ਸਵਾਰ ਛੋਟੇ ਛੋਟੇ ਮਾਸੂਮ ਬੱਚੇ ਰੋਣਾ ਬਲਕਣ ਲੱਗ ਪਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੱਸ ਦਾ ਡਰਾਈਵਰ ਕੁੱਤੇ ਦੇ ਮਾਲਕਾਂ ਦੇ ਤਰਲੇ ਕੱਢਦਾ ਰਿਹਾ ਤੇ ਬੱਚੇ ਬਲਕ ਵੀ ਰਹੇ ਹਣ ਤੇ ਬੱਸ ਨੂੰ ਜਾਣ ਦੇ ਪਰ ਕੁੱਤੇ ਦਾ ਮਾਲਕ ਗੁੰਡਾਗਰਦੀ ਕਰਦਾ ਨਜ਼ਰ ਆ ਰਿਹਾ ਤੇ ਇਹਨੇ ਚਾਰ ਨੂੰ ਬੱਸ ਦੇ ਵਿੱਚ ਸਵਾਰ ਬੱਚਿਆਂ ਦੇ ਮਾਤਾ ਪਿਤਾ ਵੀ ਮੌਕੇ ਤੇ ਪਹੁੰਚ ਗਏ ਤੇ ਜਦੂ ਜਹਦ ਦੇ ਨਾਲ ਬਾਸਨੋ ਸਕੂਲ ਰਬਾਨਾ ਕੀਤਾ ਅਗਲੀ ਖਬਰ ਜਾਣੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦਾ ਰਵੇਗਾ ਮੌਸਮਤਾ ਦੋਸਤੋ ਦੁਪਹਿਰ 12 ਵਜੇ ਤੋਂ ਬਾਅਦ ਸੂਰਜ ਦੇ ਚੰਚਲ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਮੌਸਮ ਦੇ ਵਿੱਚ ਇੱਕਦਮ ਵੱਡਾ ਬਦਲਾਅ ਆਇਆ ਹੈ ਤਾਪਮਾਨ ਵਾਧਦਾ ਜਾ ਰਿਹਾ ਤੇ ਜਿਸ ਦੇ ਕਾਰਨ ਰਾਤ ਦੇ ਤਾਪਮਾਨ ਵਿੱਚ ਵੀ ਅੰਤਰ ਆਉਣਾ ਸ਼ੁਰੂ ਹੋ ਗਿਆ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਤੇ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪਰ ਤਾਪਮਾਨ ਇੰਨਾ ਘਟ ਨਹੀਂ ਹੋਵੇਗਾ ਸੋਮਵਾਰ ਨੂੰ ਜਲੰਧਰ ਦੇ ਵਿੱਚ ਅਦਨ ਦਾ ਤਾਪਮਾਨ ਬਾਅਦ ਤੋਂ ਬਾਅਦ 23.5 ਡਿਗਰੀ ਅਤੇ ਪਠਾਨਕੋਟ ਦੇ ਵਿੱਚ 26.9 ਡਿਗਰੀ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਖਬਰਾਂ ਬੱਤਿਆਂ ਦੇ ਦਾਖਲੇ ਘਟਣ ਦੇ ਕਾਰਨ ਸਕੂਲਾਂ ਨੂੰ ਲੱਗਾ ਨਾ ਲੱਗੇ ਤਾਲੇ ਪੰਜਾਬ ਦੇ ਵਿੱਚ ਬੱਚਿਆਂ ਦੇ ਦਾਖਲੇ ਘਟਣ ਕਰਕੇ ਸਕੂਲ ਬੰਦ ਹੁਣ ਲੱਗੇ ਹਨ ਤੇ ਪ੍ਰਾਈਵੇਟ ਸਕੂਲਾਂ ਵਿੱਚ ਲਗਾਤਾਰ ਤਿੰਨ ਬਰਿਆਂ ਤੋਂ ਦਾਖਲਿਆਂ ਦੀ ਗਿਣਤੀ ਘਟ ਰਹੀ ਹੈ ਤੇ ਉਧਰ ਸਰਕਾਰੀ ਸਕੂਲਾਂ ਵਿੱਚ ਵੀ ਇਹ ਗ੍ਰਾਫ ਪਿਛਲੇ ਕਈ ਸਾਲਾਂ ਤੋਂ ਡਿੱਗ ਰਿਹਾ ਹੈ। ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਬੀਤੇ 4 ਸਾਲਾਂ ਦੇ ਦੌਰਾਨ 936 ਸਕੂਲ ਬੰਦ ਹੋ ਚੁੱਕੇ ਹਨ ਤੇ ਜਿਨ੍ਹਾਂ ਦੇ ਵਿੱਚ 145 ਸਰਕਾਰੀ ਸਕੂਲ ਵੀ ਸ਼ਾਮਲ ਹਨ। ਸੂਤਰਾ ਦੱਸਦੇ ਹਨ ਕਿ ਪਿੰਡਾਂ ਦੇ ਵਿੱਚ ਜਾਂ ਖੁੱਲੇ ਪ੍ਰਾਈਵੇਟ ਸਕੂਲ ਜਿਆਦਾ ਪ੍ਰਭਾਵਿਤ ਹੋਏ ਹਨ ਜਾਣਕਾਰ ਦੇ ਅਨੁਸਾਰ 2016-17 ਤੋਂ ਪੰਜਾਬ ਦੇ ਵਿੱਚ ਸਕੂਲਾਂ ਵਿੱਚ ਦਾਖਲੇ ਵਧਾਉਣ ਦੇ ਲਈ ਦਾਖਲਾ ਮਹਿੰਮਾਈ ਸ਼ੁਰੂ ਕੀਤੀ ਗਈ ਸੀ ਜਿਸ ਦੇ ਛਿੱਟੇ ਦੇ ਬਜੂ 2021-22 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ 30.90 ਲੱਖ ਤੇ ਇਸ ਮਹਿੰਮ ਨੇ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਸੱਟ ਮਾਰੀ ਸੀ ਵਿਦਿਆਕ ਸੈਸ਼ਨ 2022-23 ਦੇ ਵਿੱਚ ਕਰੀਬ 2 ਲੱਖ ਦਾਖਲੇ ਘਟੇ ਹਨ ਮੌਜੂਦਾ ਸਰਕਾਰ ਦੇ ਨਵੇਂ ਸੈਸ਼ਨ ਤੋਂ ਦਾਖਲੇ ਵਧਾਉਣ ਦੇ ਲਈ ਹੁਣ ਤੋਂ ਹੀ ਵਿਉਂਤਬੰਦੀ ਆਰੰਭ ਦਿੱਤੀ ਗਈ ਹੈ ਇਸ ਦੇ ਤਹਿਤ ਬੱਚਿਆਂ ਸਕੂਲਾਂ ਨੇ ਬੱਚੇ ਲਿਆਉਣ ਦੇ ਲਈ ਟਰਾਂਸਪੋਰਟ ਆ ਸਹੂਲਤਾ ਦੇਣ ਤੇ ਵੀ ਵਿਚਾਰ ਹੋ ਰਹੀ ਹੈ ਮੇਰੀ ਸਰਕਾਰ ਦੇ ਵੱਲੋਂ ਪੇਸ਼ ਕੀਤੇ ਹਰ ਬਜਟ ਦੇ ਵਿੱਚ ਗਰੀਬਾਂ ਦੇ ਹਿੱਤਾਂ ਨੂੰ ਪਹਿਲ ਦਿੱਤੇ ਗਏ ਮੋਦੀ ਤਾਂ ਉਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹਨਾਂ ਦੇ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਗਰੀਬਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ। ਕੇਂਦਰੇ ਬਜਟਾ ਪੇਸ਼ ਕਰਨ ਤੋਂ ਬਾਅਦ ਭਾਇਪਾ ਦੇ ਸੰਸਦ ਦੇ ਦਲੀ ਨੇ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਇਸ ਨੂੰ ਚੋਣ ਬਜਟ ਨਹੀਂ ਕਹਿ ਰਿਹਾ। ਹਾਲਾਂਕਿ ਇਹ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਆਖਰੀ ਪੂਰਨ ਬਜਟ ਹੈ। ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਹੋਈ ਦੋ ਫਾੜ ਸੂਬਾ ਪ੍ਰਧਾਨ ਤੇ ਲੱਗੇ ਵੱਡੇ ਇਲਜ਼ਾਮ ਜਿहां ਦੋਸਤੋ ਜਲਦ ਭਾਰਤੀ ਕਿਸਾਨ ਯੂਨੀਅਨ ਅਟਕੌਂਦਾ ਦੇ ਤਰਫੋਂ ਪੰਜਾਬ ਪ੍ਰਧਾ ਅਜਲਾਸ ਬਲਾਇਜ਼ਾਇਰ ਤੇ ਜਿਹਦੇ ਵਿੱਚ ਪੂਰੇ ਪੰਜਾਬ ਪ੍ਰਧ ਦੇ ਕਿਸਾਨ ਯੂਨੀਅਨ ਇਕਤਾ ਅਟਕੌਂਦਾ ਦੇ ਪ੍ਰਧਾਨ ਸ਼ਾਮਲਾ ਹੋਣਗੇ ਉਹਨਾਂ ਦੇ ਰਾਏ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਅਟਕੌਂਦਾ ਦਾ ਨਵਾਂ ਪ੍ਰਧਾਨ ਪੰਜਾਬ ਦਾ ਚੁਣਿਆ ਜਾਵੇਗਾ ਤੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਇਕਤਾ ਅਟਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਵਿੱਚ ਮਨਜੀਤ ਸਿੰਘ ਹਨੇਰਾ ਅਤੇ ਮੀਤ ਪ੍ਰਧਾਨ ਪੰਜਾਬ ਗੁਰਦੀਪ ਸਿੰਘ ਦੇ ਤਰਫੋਂ ਦਿੱਤੀ ਗਈ। ਦੁਮਾ ਅਗਵਾ ਨੇ ਇਲਜ਼ਾਮ ਲਗਾ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸੰਗ ਬਰਜ ਗੱਲ ਭਾਰਤੀ ਜਨਤਾ ਪਾਰਟੀ ਦੇ ਹੱਥ ਦੀ ਕਟ ਪੁਤਲੀ ਬਣ ਗਏ ਹਾਂ ਤੇ ਉਹਨਾਂ ਨੇ ਕਹਿ ਕੇ ਦਿੱਲੀ ਮੋਰਚੇ ਦੇ ਦੌਰਾਨ ਹੀ ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅੰਦਰ ਖਾਤੇ ਗੱਠ ਜੋੜ ਕਰ ਲੈ ਤੇ ਭਾਰਤੀ ਕਿਸਾਨ ਜੁਨਨ ਇਕਤਾ ਢਕੌਂਦਾ ਦੇ ਸੰਵਿਧਾਨ ਦੇ ਉਲਟ ਚੱਲਣ ਲੱਗ ਪਏ ਹਨ ਉਹਨਾਂ ਨੇ ਕਿਹਾ ਕਿ ਕਿਸਾਨ ਜੁਨਨ ਇਕਤਾ ਢਕੌਂਦਾ ਦਾ ਸੰਵਿਧਾਨ ਹੈ ਕਿ ਨਾ ਤਾਂ ਉਹ ਵੋਟਾਂ ਦੇ ਦੌਰਾਨ ਵੀ ਰਾਜਨੀਤਿਕ ਪਾਰਟੀ ਦੀ ਹਮਾਇਤ ਕਰਦੇ ਅਤੇ ਨਾ ਹੀ ਆਪਣੇ ਉਮੀਦਵਾਰ ਖੜੇ ਕਰ ਪਰ ਸੁਭਾ ਪ੍ਰਧਾਨ ਨੇ ਇਸ ਦੇ ਉਲਟ ਜਾ ਕੇ ਭਾਜਪੀ ਦੇ ਨਾਲ ਮਿਲ ਕੇ ਕਿਸਾਨ ਜੁਨਨ ਇਕਤਾ ਢਕੌਂਦਾ ਨੂੰ ਤੋੜ ਦਿੱਤਾ ਅਤੇ ਪਾਰਟੀ ਦੇ ਸੰਵਿਧਾਨ ਦੇ ਨਾਲ ਮਖੌਲ ਕੀਤਾ ਤੇ ਆਪਣੀ ਮਰਜ਼ੀ ਦੇ ਨਾਲ ਜੂਨੀਅਨ ਦੇ ਵਿੱਚ ਗਲਤ ਫੈਸਲੇ ਲੈ ਰਹੇ ਹਨ ਤੇ ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਅਹਿਮ ਖਬਰ ਹੈ ਪੰਜਾਬ ਪੁਲਿਸ ਦੇ ਵਿੱਚ ਨਿਕਲੀਆਂ ਨੌਕਰੀਆਂ ਜਲਦੀ ਕਰੋ ਅਪਲਾਈ ਪੰਜਾਬ ਦੇ ਨੌਜਵਾਨਾਂ ਦੇ ਲਈ ਖੁਸ਼ਖਬਰੀ ਭਰੀ ਖਬਰ ਆਈ ਹੈ ਪੰਜਾਬ ਪੁਲਿਸ ਦੇ ਵਿੱਚ 1746 ਅਸਾਮੀਆਂ ਦੇ ਲਈ ਬੰਪਰ ਭਰਤੀ ਕੱਢੀ ਗਈ ਹੈ ਕਨਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਅਸਾਮੀਆਂ ਦੇ ਲਈ ਇਹ ਭਰਤੀ ਹੈ ਸਬ ਇੰਸਪੈਕਟਰ ਦੇ ਅਹੁਦਿਆਂ ਦੇ ਲਈ ਅਰਜ਼ੀਆਂ 7 ਫਰਵਰੀ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਣਗੀਆਂ ਯਾਨੀ ਕਿ 28 ਫਰਵਰੀ ਦੀ ਤਰੀਕ ਤੱਕ ਰੱਖੀ ਗਈ ਹੈ ਸਬ ਇਨਸਪੈਕਟਰ ਦੀ ਚੋਣ ਤਿੰਨ ਪੜਾਵਾਂ ਦੀ ਪ੍ਰਕਿਰਿਆ ਦੇ ਰਾਹੀਂ ਕੀਤੀ ਜਾਵੇਗੀ ਪਹਿਲੇ ਪੜਾਅ ਦੇ ਵਿੱਚ ਕੰਪਿਊਟਰ ਆਧਾਰਿਤ ਲੈਕਤੀ ਪ੍ਰੀਖਿਆ ਹੋਵੇਗੀ ਜਿਹਦੇ ਅੰਕਾਂ ਦੇ ਆਧਾਰ ਤੇ ਸਰੀਰਕਾ ਮਾਪ ਟੈਸਟ ਵੀ ਸਦਾ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਹੋਵੇਗੀ ਸਬ ਇਨਸਪੈਕਟਰ ਦੇ ਲਈ ਉਮਰ ਹੱਦ 18 ਤੋਂ 28 ਸਾਲ ਤੱਕ ਕੀਤੇ ਗਿਆ ਸਰਫ ਗ੍ਰੈਜੂਏਟ ਉਮੀਦਵਾਰੀ ਇਹਦੇ ਲਈ ਅਪਲਾਈ ਕਰ ਸਕਦੇ ਹਨ ਸਬ ਇਨਸਪੈਕਟਰ ਦੇ ਅਹੁਦਿਆਂ ਦੇ ਲਈ ਅਰਜ਼ੀਆਂ 7 ਫਰਵਰੀ ਤੋਂ ਸ਼ੁਰੂ ਹੋਣਗੀਆਂ ਜਦੋਂ ਕਿ ਕਾਂਸਟੇਬਲ ਦੇ ਅਹੁਦਿਆਂ ਦੇ ਲਈ ਅਰਜ਼ੀਆਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ punjabpolice.gov.in ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਕਾਂਸਟੇਬਲ ਦੇ ਅਹੁਦਿਆਂ ਦੇ ਲਈ 15 ਫਰਵਰੀ ਤੋਂ ਅਰਜ਼ੀਆਂ ਸ਼ੁਰੂ ਹੋਣਗੀਆਂ ਇਹਦੀ ਆਖਰੀ ਮਿਤੀ 8 ਮਾਰਚ ਰਾਤ 11:55 ਮਿੰਟ ਤੱਕ ਨਰਧਾਰਤ ਕੀਤੀ ਜਾ ਕਾਂਸਟੇਬਲ ਦੇ ਅਹੁਦੇ ਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ ਲੈ ਕੇ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਉਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਿਰਫ 12ਵੀਂ ਪਾਸ ਉਮੀਦਵਾਰ ਹੀ ਇਹਦੇ ਲਈ ਅਪਲਾਈ ਕਰ ਸਕਦੇ ਹਨ ਕੇਂਦਰੀ ਵਿਦਿਆਲਿਆ ਅਤੇ ਅਧਿਆ ਵਿਦਿਆਕ ਅਦਾਰਿਆਂ ਦੇ ਵਿੱਚ ਸਟਾਫ ਦੀਆਂ 58000 ਅਸਾਮੀਆਂ ਖਾਲੀ ਇਸ ਭਾਰ ਦੇ ਵਿੱਚ ਕੇਂਦਰੀ ਵਿਦਿਆਲਿਆ ਨਵੋਦਯਾ ਵਿਦਿਆਲਿਆ ਤੇ ਕੇਂਦਰੀ ਉੱਚ ਵਿਦਿਅਕ ਸੰਸਥਾਵਾਂ ਦੇ ਵਿੱਚ ਅਧਿਆਪਕਾਂ ਤੇ ਗੈਰ ਅਧਿਆਪਨ ਅਮਲੀਆਂ ਦੀਆਂ 58000 ਤੋਂ ਵੱਧ ਅਸਾਮੀਆਂ ਖਾਲੀ ਹਨ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਕੇਂਦਰੀ ਵਿਦਿਆਲਿਆ ਦੇ ਵਿੱਚ ਅਧਿਆਪਕਾਂ ਦੀਆਂ 1299 ਨੌਨ ਟੀਚਿੰਗ ਸਟਾਫ ਦੀਆਂ 1312 ਅਸਾਮੀਆਂ ਖਾਲੀ ਹਨ ਇਸੇ ਤਰ੍ਹਾਂ ਜਬਾਹਰ ਨਮੁੱਧਿਆ ਵਿਦਿਆਲਯ ਦੇ ਵਿੱਚ ਅਧਿਆਪਕਾਂ ਦੀਆਂ 3271 ਅਤੇ ਨਾਨ-ਟੀਚਿੰਗ ਸਟਾਫ ਦੀਆਂ 1756 ਅਸਾਮੀਆਂ ਖਾਲੀ ਹਨ ਉੱਚ ਵਿਦਿਆਕਾ ਸੰਸਥਾਵਾਂ ਦੇ ਵਿੱਚ ਸਭ ਤੋਂ ਬਾਅਦ ਖਾਲੀ ਅਸਾਮੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਅਧਿਆਪਕਾਂ ਦੀਆਂ 6180 ਅਸਾਮੀਆਂ ਤੇ ਨਾਨ-ਟੀਚਿੰਗ ਸਟਾਫ ਦੀਆਂ 15798 ਅਸਾਮੀਆਂ ਹਜੇ ਭਰੀਆਂ ਜਾਣੀਆਂ ਹਨ ਕੌਮੀ ਇਨਸਾਫ਼ ਮੋਰਚੇ ਤੋਰਬਾਨਾ ਹੋਈਆਂ 31 ਮੈਂਬਰਾਂ ਦਾ ਜੱਥਾ ਪੁਲਿਸ ਨੇ ਕੀਤਾ ਗ੍ਰਿਫਤਾਰ ਜੀ ਹਾਂ ਦੋਸਤੋ ਚੰਡੀਗੜ੍ਹ ਮਹਾਲੀ ਦੇ ਬਾਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨੇ ਤੇ ਬੈਠੇ ਕੌਮੀ ਇਨਸਾਫ ਮੋਰਚੇ ਦੇ 31 ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਐਸਾ ਮੋਰਚੇ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਸ਼ੇ ਦਾ ਘਰਾਓ ਕੀਤਾ ਜਾਣਾ ਸੀ ਜਿਸ ਦੇ ਚੱਲਦਿਆਂ ਮੋਰਚੇ ਦੇ ਮੈਂਬਰਾਂ ਨੇ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਪਰ ਪੁਲਿਸ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਮੋਰਚੇ 'ਚ ਆਕਤੀ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਕਰ ਜੋਗਾ ਕਿ ਮਹਾਲੀ ਚੰਡੀਗੜ੍ਹ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤੇ ਮੋਰਚੇ ਦੇ ਵਿੱਚ ਸ਼ਾਮਲ ਹੋਏ ਸਿੰਘਾਂ ਦਾ ਕਹਿਣਾ ਹੈ ਕਿ ਇਹ ਮੋਰਚਾ ਲੰਬੇ ਸਮੇਂ ਤੱਕ ਚੱਲੇਗਾ ਤੇ ਉਹਨਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ